ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਕੋਟਦਾਲਾ ਰੂਤ ਬਾਰੇ ਗੱਲ ਕਰਨ ਜਾ ਰਹੇ ਹਾਂ ਅਤੇ ਹੁਣ ਅਸੀਂ ਗੱਲ ਕਰਨ ਜਾ ਰਹੇ ਹਾਂ ਪਾਨੀਓ ਦੇ ਦੌਂਸ਼ੇ ਯਾਨੀ ਕਿ ਡੇਂਜਰਸ ਸਾਇੰਸ। ਅਤੇ ਸਭ ਤੋਂ ਪਹਿਲਾਂ ਸਾਡਾ ਜਿਹੜਾ ਸਾਈਨ ਹੈਗਾ ਆ ਉਹ ਹੈਗਾ ਆ ਸਕਸੈਸੀਓ ਦੇ ਵਿਰਾਸ਼ ਦੌਲਾ ਪ੍ਰੀਮੀਅਮ ਏਲਾ ਧਰੁਆਤ, ਯਾਨੀ ਕਿ ਜਿਹੜਾ ਡੇਂਜਰਸ ਮੋਡ ਹੈ, ਨੈਕਸਟ ਨੰਬਰ ਆਫ ਮੋਡਸ ਆ ਰਹੇ ਹਨ ਅਤੇ ਜਿਹੜਾ ਨੈਕਸਟ ਡੇਂਜਰਸ ਮੋਡ ਹੈ ਉਹ ਰਾਈਟ ਹੈਂਡ ਸਾਈਡ ਦੇ ਉੱਤੇ ਹੈ। ਸੈਕਿੰਡ ਇਜ਼ ਸਕਸੈਸੀਓ ਦੇ ਵਿਰਾਸ਼ ਦੌਲਾ ਪ੍ਰੀਮੀਅਮ ਇਲਾ ਗੋਸ਼, ਯਾਨੀ ਕਿ ਜਿਹੜਾ ਅਗਲਾ ਡੇਂਜਰਸ ਮੋਡ ਹੈ ਉਹ ਲੈਫਟ ਹੈਂਡ ਸਾਈਡ ਦੇ ਉੱਤੇ ਹੈ ਅਗੋਸ਼। ਥਰਡ ਵਨ ਇਜ਼ ਕੇਸੀ ਸੋਂ ਦੂਦੈਨ, ਯਾਨੀ ਕਿ ਸਪੀਡ ਬੰਬਸ। ਸੋ ਇਹ ਸਪੀਡ ਬੰਬਸ ਨੇ, ਦੋ ਡਬਲ ਸਪੀਡ ਬੰਬਸ ਨੇ ਜਿਹੜੇ ਕਿ ਜ਼ਿਆਦਾਤਰ ਹਾਈਵੇ ਰੋਡ ਦੇ ਉੱਤੇ ਹੁੰਦੇ ਨੇ, ਵੀ ਜਿਹੜੇ ਸਾਨੂੰ ਦੱਸਦੇ ਨੇ ਕਿ ਆਪਣੀ ਸਪੀਡ ਹੈ, ਜਿਹੜੀ ਗੱਡੀ ਦੀ ਸਪੀਡ ਹੈ ਸਾਨੂੰ ਸਲੋ ਕਰ ਲੈਣੀ ਚਾਹੀਦੀ ਹੈ। ਫੋਰਥ ਰਿਲੰਤੀਰ, ਅਗੇਨ ਸਪੀਡ ਬੰਪ ਜਿਹੜੇ ਕਿ ਸਾਨੂੰ ਆਪਣੀ ਗੱਡੀ ਦੀ ਸਪੀਡ ਸਲੋ ਡਾਊਨ ਕਰਨ ਦਾ ਉਹ ਦਿੰਦੇ ਨੇ। ਤੇ ਪੰਜਵਾਂ ਜਿਹੜਾ ਡੇਂਜਰ ਸਾਈਨ ਹੈ ਉਹ ਹੈਗਾ ਆ ਸੁਸ਼ੇ ਰੈਤਰੀਸੇ ਪਾਰਲਾ ਦੁਆਤ, ਯਾਨੀ ਕਿ ਅੱਗੇ ਜਿਹੜੀ ਸੜਕ ਹੈ ਉਹ ਥੋੜ੍ਹੀ ਤੰਗ ਸੜਕ ਹੈ ਅਤੇ ਜਿਹੜਾ ਸੜਕ ਹੈ ਉਹ ਰਾਈਟ ਹੈਂਡ ਸਾਈਡ ਦੇ ਉੱਤੋਂ ਜਿਹੜਾ ਮੋੜ, ਰਾਈਟ ਹੈਂਡ ਸਾਈਡ ਦੇ ਉੱਤੋਂ ਜਿਹੜੀ ਸੜਕ ਉਹ ਤੰਗ ਹੈ। ਧੰਨਵਾਦ ਸਾਰਿਆਂ ਦਾ, ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ।